ਜਿੱਥੇ ਕਿ ਅੱਜ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਵਾ। ਪੰਜਾਬੀ ਵਿਰਸਾ, ਪੰਜਾਬੀ ਕਲਚਰ, ਪੰਜਾਬੀ ਬੋਲੀਆਂ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਪੰਜਾਬੀ ਵਿਰਸਾ, ਪੰਜਾਬੀ ਕਲਚਰ ਮੇਲਾ ਤੀਆਂ ਦਾ। ਬਸ ਕਰ ਲੋ।
ਉਰੇ ਘੁੰਮ ਕੇ ਬੈਠੋ ਜੀ ਬੇਟੇ ਕੀ Yes, please wait. Aaj samne dekho ji. Theek hai. Bas samne aa jao. Aa jao ji. Koi mat kitne gaye. Thank you.
Yeah.
ਪਹੁੰਚਣ ਤਾਂ ਜੋ ਸ਼ਮਾ ਰੋਸ਼ਨ ਦੀ ਰਸਮ ਅਦਾ ਕੀਤੀ ਜਾ
ਬੜੀ ਵੱਡੀ ਤਾਕਤ ਹੈ ਕਿ ਇੱਕ ਸ਼ਮਾ ਲਗਾਉਣ ਦੇ ਨਾਲ ਅਸੀਂ ਹਜ਼ਾਰਾਂ ਲੱਖਾਂ ਕਰੋੜਾਂ ਸ਼ਮਾ ਲਗਾ ਸਕਦੇ ਹਾਂ। ਭਾਵੇਂ ਅੱਜ ਵਿਗਿਆਨ ਦਾ ਯੁੱਗ ਹੈ, ਵਿਗਿਆਨਿਕ ਯੁੱਗ ਹੈ, ਪਰ ਇਹ ਰਿਵਾਇਤ ਬੜੀ ਸਾਡੇ ਬਜ਼ੁਰਗਾਂ ਨੇ ਬਹੁਤ ਹੀ ਜਿਹੜੀ ਵਿਰਾਸਤ ਦੇ ਵਿੱਚ ਸਾਡੀ ਵਿਸ਼ੇਸ਼ ਅਹਿਮੀਅਤ ਰੱਖਦੀ ਹੈ। ਮੈਡਮ ਨੂਤਨ ਸ਼ਰਮਾ ਵੀ ਪ੍ਰਿੰਸੀਪਲ ਹੇਰਾ ਸਕੂਲ ਤੋਂ ਸਾਡੇ ਦਰਮਿਆਨ ਪਹੁੰਚੇ ਨੇ, ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ। ਮੈਡਮ ਮਨਦੀਪ ਕੌਰ ਜੀ ਤੇ ਪ੍ਰਿੰਸੀਪਲ ਮੈਡਮ ਜੀ, ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਤੇ ਹੁਣ ਮੈਂ ਅੱਜ ਦੇ ਮਹਿਮਾਨ ਮੈਡਮ ਮਨਦੀਪ ਕੌਰ ਜੀ ਜੋ ਕਿ ਤਿਮਾਨ ਇੰਡਸਟਰੀ ਤੋਂ ਨੇ, ਔਰ ਮੈਂ ਇੱਥੇ ਦੱਸਣਾ ਬੜਾ ਜ਼ਰੂਰੀ ਸਮਝਦੀ ਹਾਂ ਕਿ ਇਹਨਾਂ ਦੀ ਬੇਟੀ ਜਸਦੀਪ ਕੌਰ ਕਮਰਸ ਡਿਪਾਰਟਮੈਂਟ ਦੇ ਜੋ ਕਿ ਐਚਓਡੀ ਵੀ ਰਹੇ ਨੇ ਸੰਸਥਾ ਦੇ ਵਿੱਚ, ਉਹਨਾਂ ਨੇ ਵੀ ਬਹੁਤ ਮਹੱਤਵਪੂਰਨ ਸੇਵਾਵਾਂ ਇੱਥੇ ਨਿਭਾਈਆਂ ਹਨ। ਮੈਂ ਹੁਣ ਅੱਜ ਦੇ ਮਹਿਮਾਨ ਕੋਲੋਂ ਇਸ ਸਮਾਗਮ ਨੂੰ ਸ਼ੁਰੂ ਕਰਨ ਦੀ ਇਜਾਜ਼ਤ ਮੰਗਦੀ ਹਾਂ ਮੈਡਮ ਮਨਦੀਪ ਕੌਰ ਜੀ। ਮੈਡਮ ਮਨਦੀਪ ਕੌਰ ਜੀ, ਪਲੀਜ਼ ਸਾਨੂੰ ਇਜਾਜ਼ਤ ਦਿਓ ਜੀ, ਤਾਂ ਕਿ ਬੱਚਿਆਂ ਦੀ ਜਿਹੜੀ ਕਿਰਿਓਸਿਟੀ ਹੈ ਉਹ ਖਤਮ ਹੋਵੇ, ਉਹ ਚਾਹੁੰਦੇ ਨੇ ਕਿ ਫੰਕਸ਼ਨ ਜਲਦੀ ਸ਼ੁਰੂ ਹੋਵੇ। ਬਹੁਤ ਬਹੁਤ ਸ਼ੁਕਰੀਆ ਮੈਡਮ। ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਕਾਲਜ ਦੀ ਰਵਾਇਤ ਹੈ, ਇਹ ਪਰੰਪਰਾ ਰਹੀ ਹੈ ਕਿ ਅਸੀਂ ਹਰ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਉਹ ਆਪਣੇ ਪਰਮਾਤਮਾ ਦੇ ਆਸ਼ੀਰਵਾਦ ਤੋਂ ਸ਼ੁਰੂ ਕਰਦੇ ਹਾਂ। ਸੋ ਜੀ, ਸਭ ਤੋਂ ਪਹਿਲਾਂ ਅਸੀਂ ਸ਼ਬਦ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਸੋ ਹਾਜ਼ਰ ਹੈ ਸ਼ਬਦ ਪਰਮਾਤਮਾ ਦੀ ਥਾਪੀ ਦੇ ਵਿੱਚ ਮਿਊਜ਼ਿਕ ਡਿਪਾਰਟਮੈਂਟ।
परमात्मा साडे कॉलेज नूं हमेशा चढ़दियां कलां विच रखे। जीवन की कल्पना तक नहीं की जा सकती। पवन गुरु पानी पिता माता धरत महत इस तरह साडे गुरु साहिबान की भी प्रकृति नूं विशेष दर्जा दिता है। पर इतने के रुखां दे आधार ते असी एक साल फुल 12 देसी महीने विच वंडदे हां। इन्हां 12 महीनों विचों सावण का महीना खास स्थान रखता है। इस महीने सानू वख-वख प्रकृतिक नजारे लुत्फ अंदोज करते हैं। जिवें कि एक पासे का हल्का बूंदी बंदी हो रही होंगी है ते दूजे पासे आपां देखते हाँ कि किते मोलेदार वर्षा हो रही होंगी है। किते कोयला पौदियां हन अते बागां विच खुशी के मारे मोह पैदा पाउंदे ने। खास व्यंजन जिवें कि खीर अते मालपुए आदि बनाए जाते हैं। पंजाब दियां मठियारां नूं इस महीने का बड़ी बेसब्री नाल इंतजार हुंदा है क्योंकि इस महीने को तीयां दा त्यौहार बड़े हर्ष उल्लास नाल मनाउंदियां ने। पुरातन विच इस त्यौहार की शुरुआत बोर दा दरखत उसनूं पूज के कीती जांदी सी ते कोई वधिया जिहा मजबूत पिंपल दे के उस उत्ते पींगा पाईआं जांदियां सी ते फिर मुटियारां उत्थे गिद्धे दे पेड़ बन के नचदियां सन ते अज वी इह रस्म उसे तरह निभाई जांदी है। पर विज्ञानिक युग दे कारण हुण इस त्यौहार नूं मनाउण दे विच काफी कुछ तब्दीलियां भी आ गईआं हन। साडे पंजाबी सभ्याचार दे विच ਇਹ ਸਮਝਿਆ ਜਾਂਦਾ ਹੈ ਕਿ ਇਸ ਮਹੀਨੇ ਜਿਹੜੇ ਸਾਸਤੇ ਨੂੰ ਇੱਕ ਦੂਸਰੇ ਦੇ ਮੱਥੇ ਨਹੀਂ ਕਰਦੀਆਂ ਕਿ ਉਹਨਾਂ ਦਾ ਇਕੱਠੇ ਰਹਿਣਾ ਅਸ਼ੁਭ ਮੰਨਿਆ ਜਾਂਦਾ ਹੈ। ਪਰ ਮੇਰੇ ਅਨੁਸਾਰ ਇਸਦਾ ਇੱਕ ਮਨੋਵਿਗਿਆਨਿਕ ਕਾਰਨ ਇਹ ਹੈ ਕਿ ਜਿਹੜੀ ਔਰਤ ਹੈ ਉਹ ਵੀ ਇਨਸਾਨ ਹੈ, ਉਹ ਵੀ ਚਾਹੁੰਦੀ ਹੈ ਕਿ ਕਿਤੇ ਉਹਨੂੰ ਵੀ ਰੁਝੇਵੇਂ ਦੇ ਵਿੱਚੋਂ ਕੁਝ ਉਹਦੇ ਲਈ ਵੀ ਉਸ ਤਰ੍ਹਾਂ ਦੇ ਪਲ ਹੋਣ ਜਿਸ ਵਿੱਚ ਉਹ ਆਪਣੇ ਆਪ ਨੂੰ ਸੁਖਾਵੀ ਮਹਿਸੂਸ ਕਰ ਸਕੇ, ਆਪਣੇ ਮਨੋਰੰਜਨ ਨੂੰ ਪੂਰਾ ਕਰ ਸਕੇ। ਤਾਂ ਕਿ ਇਹ ਜਿਹੜਾ ਤਿਉਹਾਰ ਜਿਹੜਾ ਹੈ ਇਹਦੇ ਵਿੱਚ ਲੜਕੀਆਂ ਆਪਣੇ ਪੇਕਿਆਂ ਤੋਂ ਪੇਕਿਆਂ 'ਤੇ ਆਉਂਦੀਆਂ ਹਨ, ਸਹੁਰਿਆਂ ਤੋਂ ਪੇਕਿਆਂ ਦੇ ਘਰ ਰਹਿਣ ਲਈ ਆ ਜਾਂਦੀਆਂ ਹਨ ਅਤੇ ਮਾਲਵੇ ਦੇ ਵਿੱਚ ਵਿਸ਼ੇਸ਼ ਤੌਰ 'ਤੇ ਮਾਲਵੇ ਦੇ ਵਿੱਚ ਜਿਹੜੇ ਸੰਧਾਰਾ ਦੇ ਦੀ ਰਸਮ ਵੀ ਅਦਾ ਕੀਤੀ ਜਾਂਦੀ ਹੈ। ਲੜਕੀਆਂ ਨੂੰ ਉਹਨਾਂ ਦੇ ਪੇਕੇ ਵੱਲੋਂ ਪੇਕੇਕਾਰ ਵੱਲੋਂ ਸੰਧਾਰਾ ਦਿੱਤਾ ਜਾਂਦਾ ਹੈ। ਸੰਧਾਰੇ ਦੇ ਵਿੱਚ ਬਿਸਕਿਟ, ਸੂਟ, ਪਿੰਗ ਝੂਟਣ ਵਾਲੀ ਪੱਟੀ ਜਿਹੜੀ ਹੈ ਵਿਸ਼ੇਸ਼ ਤੌਰ 'ਤੇ ਦਿੱਤੀ ਜਾਂਦੀ ਹੈ। ਮੈਂ ਜਿਵੇਂ ਕਿ ਤੁਹਾਨੂੰ ਦੱਸ ਰਹੀ ਹਾਂ ਕਿ ਇਹ ਤਿਉਹਾਰ ਸਾਵਣ ਦੇ ਮਹੀਨੇ ਦੀ ਮਨਾਇਆ ਜਾਂਦਾ ਹੈ, ਪਰ ਸਾਡੇ ਕਾਲਜ ਦੇ ਵਿੱਚ ਅਸੀਂ ਇਹ ਤਿਉਹਾਰ ਥੋੜ੍ਹਾ ਲੇਟ ਮਨਾ ਰਹੇ ਹਾਂ। ਵੈਸੇ ਇਹ ਬੋਲਿਆ ਜਾਂਦਾ ਹੈ ਕਿ ਸੌਣ ਵੀ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ। ਮੇਰੇ ਖਿਆਲ ਦੇ ਵਿੱਚ ਸਾਡੇ ਪ੍ਰਿੰਸੀਪਲ ਮੈਡਮ ਅਤੇ ਸਮੁੱਚੀ ਕਾਲਜ ਪ੍ਰਬੰਧਕ ਕਮੇਟੀ ਨੇ ਇਹ ਜਿਹੜੀ ਰੀਤ ਹੈ ਅਸੀਂ ਇਹਨੂੰ ਸੁਕਾਵਾਂ ਕਰਦੇ ਹੋਏ ਅਸੀਂ ਕਿਉਂਕਿ ਬੱਚਿਆਂ ਨੂੰ ਵੀ ਦੇਖਣਾ ਹੁੰਦਾ ਹੈ ਕਿਉਂਕਿ ਸਾਡਾ ਪਿਛਲਾ ਮੀਟਿੰਗ ਸੈਸ਼ਨ ਲੇਟ ਹੋਣ ਦੇ ਕਾਰਨ ਅਸੀਂ ਇਹ ਜਿਹੜਾ ਤਿਉਹਾਰ ਥੋੜ੍ਹਾ ਲੇਟ ਮਨਾ ਰਹੇ ਹਾਂ। ਅਸੀਂ ਭਾਦੋ ਦੇ ਵਿੱਚ ਮਨਾ ਰਹੇ ਹਾਂ ਔਰ ਸਾਡੇ ਜਿਹੜਾ ਹੈ ਬੱਚਿਆਂ ਦੇ ਵਿੱਚ ਪੂਰਾ ਜੋਰ ਤੇ ਸ਼ੋਰ ਹੈ। ਇਸ ਜੋਸ਼ੋ ਖਰੋਸ਼ ਨੂੰ ਕਾਇਮ ਰੱਖਦਿਆਂ ਹੋਇਆ ਮੁਟਿਆਰਾਂ ਪੂਰਾ ਬੜਾ ਜ਼ਬਰਦਸਤ ਤਿਆਰੀ ਵਿੱਚ ਤਿਆਰੀਆਂ ਹੋਈਆਂ ਨੇ ਅਤੇ ਜਿੱਥੇ ਇਹ ਤਿਉਹਾਰ ਸਾਡੇ ਲਈ ਮਨੋਰੰਜਨ ਦਾ ਸਾਧਨ ਬਣਦਾ ਹੈ ਉੱਥੇ ਹੀ ਇਹ ਤਿਉਹਾਰ ਜਿਹੜਾ ਹੈ ਸਾਡੇ ਲਈ ਸਾਡੇ ਪੰਜਾਬੀ ਸੱਭਿਆਚਾਰ ਦੇ ਲਈ ਖਾਸ ਕਰ ਉਸਨੂੰ ਜੀਵੰਤ ਰੱਖਣ ਦੇ ਵਿੱਚ ਵੀ ਸਹਾਇਕ ਹੈ। ਸੋ ਹੁਣ ਮੈਂ ਤੁਹਾਡੇ ਇੰਤਜ਼ਾਰ ਦੀਆਂ ਘੜੀਆਂ ਨੂੰ ਖਤਮ ਕਰਦੇ ਹੋਏ ਅਗਲੀ ਕਾਰਵਾਈ ਦੇ ਲਈ ਸਟੇਜ ਦੀ ਅਗਲੀ ਕਾਰਵਾਈ ਦੇ ਲਈ BCA ਸਮੈਸਟਰ 1 ਦੇ ਵਿਦਿਆਰਥਣ ਗੁਰਲੀਨ ਕੌਰ ਨੂੰ ਅਗਲੀ ਸਟੇਜੀ ਕਾਰਵਾਈ ਦੇ ਲਈ ਬੁਲਾਉਂਦੀ ਹਾਂ। ਗੁਰਲੀਨ ਕੌਰ
ਜਗਨ ਮੈਡਮ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ। ਜਿਵੇਂ ਸਤਰੰਗੀ ਪੀਂਗ ਵਿੱਚ ਸੱਤ ਰੰਗ ਸ਼ਾਮਿਲ ਹੁੰਦੇ ਹਨ, ਉਸੇ ਤਰ੍ਹਾਂ ਇਸ ਮਹੀਨੇ ਮੁਟਿਆਰਾਂ ਦੇ ਮਨ ਵਿੱਚ ਵੀ ਰੰਗ ਬਿਰੰਗੇ ਭਾਵ ਉੱਠਦੇ ਹਨ। ਕੁਝ ਇਹੋ ਜਿਹੇ ਭਾਵਾਂ ਦੀ ਪੇਸ਼ਕਾਰੀ ਕਰਦੀਆਂ ਮਿਊਜ਼ਿਕ ਵਿਭਾਗ ਦੀਆਂ ਵਿਦਿਆਰਥਣਾਂ ਤੁਹਾਡੇ ਸਾਹਮਣੇ ਇੱਕ ਗੀਤ ਲੈ ਕੇ ਆ ਰਹੀਆਂ ਹਨ। Thank you.
ਤੁਹਾਡੀ ਤਾੜੀਆਂ ਦੀ ਦੱਸ ਰਹੀ ਹੈ ਕਿ ਤੁਸੀਂ ਇਸ ਪਰਫੋਰਮੈਂਸ ਦਾ ਆਨੰਦ ਉਠਾਇਆ। ਮੇਰੀ ਗੁਜ਼ਾਰਿਸ਼ ਹੈ ਕਿ ਕਾਲਜ ਸਕੂਲ ਦੀਆਂ ਵਿਦਿਆਰਥਣਾਂ ਤੁਹਾਡੇ ਸਾਹਮਣੇ ਆਪਣੀ ਪਰਫੋਰਮੈਂਸ ਲੈ ਕੇ ਆਈਆਂ ਹਨ। ਭੰਗੜਾ ਆਹ
Yeah.
डिपार्टमेंट के हैंगे मैडम गांधी जी
ਬੱਚਿਆਂ ਦਾ ਟੈਲੀਗ੍ਰਾਮ ਤੁਹਾਨੂੰ ਪਹੁੰਚ ਜਾ ਰਿਹਾ ਨਾ, ਇਸਦੇ ਵਿੱਚ ਬੱਚਿਆਂ ਦਾ ਆਪਣਾ ਟੈਲੀਗ ਮਿਲਦਾ, ਕੁਛ ਵੀ ਪ੍ਰੇਮ ਕਰ ਸਕਦੇ ਨੇ ਮਿਲਣ, ਬਟ ਇੱਕ ਤੋਂ ਦੋ ਮਹੀਨਿਆਂ ਦੇ ਅੰਦਰ ਜਿਹੜੀ ਵੀ ਪੇਸ਼ਕਾਰੀ ਹੈ ਉਹ ਇੱਕ ਤੋਂ ਦੋ ਮਹੀਨਿਆਂ ਦੇ ਅੰਦਰ।
ਵੈਰੀ